ਹੋਰ ਫਿਰ ਕਿਵੇਂ ਦਾ ਰਿਹਾ ਅੱਜ ਦਿਨ ਬਸ ਠੀਕ ਆ ਵਧੀਆ ਐਵੇਂ ਫ੍ਰੀ ਫ੍ਰੀ ਜੇ ਰਹਿ ਰਹਿ ਕੇ ਬੋਰ ਹੋ ਗਏ ਅੱਜ ਤੇ ਅੱਛਾ ਮੈਂ ਨਾ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਦੱਸੋ ਤੁਸੀਂ ਸਹੀ ਸਹੀ ਜਵਾਬ ਦਿਓ ਉਹਦਾ ਮੈਨੂੰ ਆ ਤੁਹਾਨੂੰ ਲੁਧਿਆਣੇ ਵਾਲੀ ਕੁੜੀ ਪਸੰਦ ਸੀ ਕਿਹੜੀ ਲੁਧਿਆਣੇ ਵਾਲੀ ਇਹ ਤੈਨੂੰ ਕਿੰਨੇ ਦੱਸਿਆ ਲੁਧਿਆਣਾ ਕੀ ਲੁਧਿਆਣੇ ਦਾ ਕਿੱਧਰੋਂ ਆ ਗਿਆ ਚੱਕਰ ਨਹੀਂ ਉਹ ਕੋਈ ਗੱਲ ਹੁੰਦੀ ਸੀ ਨਾ ਤੇ ਮੈਂ ਸੁਣ ਲਈ ਕਿ ਉਹ ਲੁਧਿਆਣੇ ਵਾਲੀ ਕੁੜੀ ਦਾ ਰਿਸ਼ਤਾ ਆਂਦਿਆ ਸੀਗਾ ਉਹ ਵਧੀਆ ਸੀ ਕਿਰਨ ਉਹ ਤੇ ਕੋਈ ਗੱਲ ਨਹੀਂ ਜਦੋਂ ਵੇਖ ਜਦੋਂ ਵਿਆਹ ਹੋਣਾ ਹੋਵੇ ਤੇ ਕਈ ਰਿਸ਼ਤੇ ਆਉਂਦੇ ਆ ਕਈ ਕੋਈ ਵਿੱਚ ਅਸੈਪਟ ਹੁੰਦਾ ਕੋਈ ਰਿਜੈਕਟ ਹੁੰਦਾ ਇਹ ਤੇ ਕੋਈ ਮੈਟਰ ਹੀ ਨਹੀਂ ਆ ਨਹੀਂ ਮੈਂ ਕਿਹਾ ਉਹ ਨਾਨੀ ਜੀ ਗੱਲ ਕਰਨ ਦੇ ਸੀ ਨਾ ਕਾਹਦਾ ਬੋਝ ਆ ਮੇਰੇ ਨਾਲ ਖੁੱਲ੍ਹ ਕੇ ਗੱਲ ਦੱਸ ਇਸ ਤਰ੍ਹਾਂ ਗੋਲ ਮੋਲ ਨਾ ਗੱਲ ਕਰ ਗੱਲ ਦੱਸ ਖੁੱਲ੍ਹ ਕੇ ਕੀ ਆ ਨਹੀਂ ਨਹੀਂ ਬੋਝ ਤਾਂ ਕੋਈ ਨਹੀਂ ਮੈਂ ਤਾਂ ਬਸ ਤੁਹਾਨੂੰ ਵੈਸੇ ਹੀ ਪੁੱਛਣ ਦੀ ਸੀ ਕਿ ਉਹ ਲੁਧਿਆਣੇ ਵਾਲੀ ਕੁੜੀ ਦਾ ਤੁਹਾਨੂੰ ਰਿਸ਼ਤਾ ਆਇਆ ਸੀਗਾ ਉਹ ਤਰ੍ਹਾਂ ਦੀ ਗੱਲ ਇਹਨਾਂ ਦੇ ਵਿੱਚ ਵਿੱਚ ਹੀ ਰਹਿ ਗਈ ਮੇਰੇ ਤੱਕ ਤਾਂ ਗੱਲ ਵੀ ਨਹੀਂ ਆਈ ਮੈਨੂੰ ਤਾਂ ਪਤਾ ਹੀ ਨਹੀਂ ਕੁੜੀ ਦਾ ਬਾਇਓਡਾਟਾ ਕੀ ਸੀ ਨਾ ਮੈਂ ਕੋਈ ਫੋਟੋ ਵੇਖੀ ਨਾ ਕੁਛ ਚਾਚੀ ਨੇ ਇਹਨਾਂ ਦੀ ਗੱਲ ਹੋਈ ਸੀ ਤਾਂ ਚਾਚੀ ਨੇ ਕਿਹਾ ਕਿ ਨਹੀਂ ਉਹਦਾ ਹਾਈਟ ਛੋਟੀ ਆ ਆਪਾਂ ਉੱਥੇ ਨਹੀਂ ਕਰਨਾ ਜਿਹੜੀ ਮੈਂ ਕੁੜੀ ਵੇਖੀ ਉਹਦੀ ਹਾਈਟ ਲੰਬੀ ਹੈ ਬਾਅਦ 'ਚੋਂ ਤੈਨੂੰ ਵੇਖਿਆ ਤਾਂ ਸਾਰਿਆਂ ਨੂੰ ਪਸੰਦ ਸੀਗਾ ਤਾਂ ਗੱਲ ਖਤਮ ਹੋਈ ਕੋਈ ਐਡਾ ਮੈਟਰ ਨਹੀਂ ਹੈਗਾ ਇੱਦਾਂ ਦੇ ਠੀਕ ਆ ਚੱਲ ਜਾ ਕੋਈ ਚਾਹ ਚੂ ਲਿਆ ਮੈਂ ਨਾ ਐਕਚੁਲੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਦੱਸੋ ਉਹ ਨਾ ਮੈਂ ਇੱਥੇ ਬਹਿ ਜਾਂਦੀ ਮੈਂ ਨਾ ਕੱਲ੍ਹ ਮੰਮੀ ਨੂੰ ਫੋਨ ਕੀਤਾ ਸੀਗਾ ਅਤੇ ਉਹ ਮੈਨੂੰ ਲੱਗਣ ਦਿਆ ਉਹ ਨਾ ਠੀਕ ਨਹੀਂ ਹੈਗੇ ਉਹਨਾਂ ਨਾ ਸਰਵਾਈਕਲ ਦੀ ਪ੍ਰੋਬਲਮ ਹੈਗੀ ਆ ਅਤੇ ਵਿਆਹ ਦੀ ਥਕਾਨ ਕਰਕੇ ਉਹਨਾਂ ਦੀ ਪ੍ਰੋਬਲਮ ਥੋੜ੍ਹੀ ਵੱਧ ਗਈ ਆ ਉਹ ਤਾਂ ਬਾਣੀ ਉੱਥੇ ਹੈਗੇ ਸੀਗੇ ਅਤੇ ਉਹਨਾਂ ਨੇ ਉਹਨਾਂ ਦੀ ਟੇਕ ਕੇਅਰ ਕਰ ਲਈ ਆ ਅਤੇ ਮੈਂ ਬਸ ਤੁਹਾਡੇ ਕੋਲ ਇਹੀ ਪਰਮਿਸ਼ਨ ਲੈਣ ਆਈ ਸੀ ਜੇ ਤੁਸੀਂ ਕਹਿੰਦੇ ਹੋ ਤਾਂ ਅੱਜ ਮੈਂ ਥੋੜ੍ਹੀ ਦੇਰ ਲਈ ਹੋਵਾਂ ਮੰਮੀ ਵੱਲ ਗ੍ਰੇਨੇਡ 'ਚ ਪਰਮਿਸ਼ਨ ਲੈਣ ਵਾਲੀ ਗੱਲ ਕਿੱਥੋਂ ਆ ਗਈ ਉਹ ਠੀਕ ਨਹੀਂ ਹੈ ਤੈਨੂੰ ਮੈਨੂੰ ਪੁੱਛਣ ਦੀ ਕੀ ਲੋੜ ਹੈ ਤੈਨੂੰ ਤਾਂ ਜਾਣਾ ਚਾਹੀਦਾ ਵਾ ਨਹੀਂ ਨਹੀਂ ਇਹ ਥੋੜ੍ਹੀ ਹੈ ਕਿ ਤੂੰ ਕੋਈ ਮਤਲਬ ਕਿ ਬੱਜੀ ਥੋੜ੍ਹੀ ਹੈ ਜੇ ਵਿਆਹ ਹੋ ਗਿਆ ਵਾ ਤਾਂ ਆਪਣੇ ਪੇਰੈਂਟਸ ਦੇ ਕੋਲ ਹੀ ਤੂੰ ਜਾਣਾ ਵਾ ਤੂੰ ਕਿਤੇ ਹੋਰ ਜਾਣਾ ਵਾ ਕਿਤੇ ਹੋਰ ਜਾਣਾ ਹੋਵੇ ਉੱਥੇ ਤਾਂ ਪਰਮਿਸ਼ਨ ਲੈ ਆਪਣੇ ਪੇਰੈਂਟਸ ਦੇ ਕੋਲ ਜਾਣ ਵਾਸਤੇ ਤੂੰ ਪਰਮਿਸ਼ਨਾ ਮੰਗਣ ਡਈ ਮੇਰੇ ਕੋਲੋਂ ਨਹੀਂ ਨਹੀਂ ਮੈਂ ਪਤਾ ਕੀ ਕਹਿੰਦੀ ਸੀਗੀ ਤੇ ਇਹ ਗੱਲ ਤੈਨੂੰ ਕਿੱਦਣ ਦੀ ਪਤਾ ਵਾ ਮੈਨੂੰ ਮੈਂ ਕੱਲ੍ਹ ਹੀ ਫੋਨ ਕੀਤਾ ਮੈਨੂੰ ਕੱਲ੍ਹ ਹੀ ਦੱਸਿਆ ਉਹਨਾਂ ਨੇ ਕੱਲ੍ਹ ਤੂੰ ਫੋਨ ਕੀਤਾ ਕੱਲ੍ਹ ਦੱਸਿਆ ਅੱਜ ਤੂੰ ਮੈਨੂੰ ਪੁੱਛਣ ਡਈ ਹੈ ਤੂੰ ਕੱਲ੍ਹ ਹੀ ਮੈਨੂੰ ਫੋਨ ਕਰ ਅਤੇ ਜਾ ਉੱਥੇ ਕਿ ਮੈਂ ਉੱਥੇ ਚੱਲੀ ਜੇ ਮੰਮੀ ਠੀਕ ਨਹੀਂ ਹੈਗੇ ਉਲਟਾ ਮੈਨੂੰ ਵੀ ਕਹਿ ਕਿ ਨਾਲ ਚੱਲੋ ਆਪਾਂ ਜਾਣਾ ਵਾ ਉੱਥੇ ਮੈਂ ਤਾਂ ਕਿਹਾ ਸੀ ਮੰਮੀ ਨੂੰ ਅਤੇ ਮੰਮੀ ਨੇ ਕਿਹਾ ਸੀਗਾ ਕਿ ਹੁਣ ਤੂੰ ਸਹੁਰੇ ਗਈ ਆ ਕੋਈ ਲੋੜ ਨਹੀਂ ਆ ਅੱਗੇ ਤੋਂ ਵੀ ਮੇਰੇ ਕੋਲ ਆਪਣੇ ਪੇਕੇ ਜਾਣ ਵਾਸਤੇ ਮੇਰੇ ਕੋਲ ਪਰਮਿਸ਼ਨ ਨਹੀਂ ਲੈਣੀ ਠੀਕ ਹੈ ਬਾਕੀ ਜਦੋਂ ਉਹ ਕਿਤੇ ਬਿਮਾਰ ਹੁੰਦੇ ਆ ਜਾਂ ਕਿਤੇ ਲੋੜ ਪੈਂਦੀ ਆ ਤੇਰੀ ਉਹਨਾਂ ਨੂੰ ਤਾਂ ਮੈਨੂੰ ਪੁੱਛਣ ਦੀ ਲੋੜ ਨਹੀਂ ਚਲੇ ਜਾਣਾ ਵਾ ਅਤੇ ਜਿੱਥੇ ਮੇਰੀ ਲੋੜ ਆ ਮੈਨੂੰ ਦੱਸ ਮੈਂ ਵੀ ਉੱਥੇ ਜਾਵਾਂਗਾ ਐਵੇਂ ਨਹੀਂ ਐਵੇਂ ਕਰੀ ਜਾਣਾ ਕੱਲ੍ਹ ਦੀ ਗੱਲ ਹੋਈ ਆ ਅਤੇ ਤੂੰ ਮੇਰੇ ਕੋਲ ਅੱਜ ਪਰਮਿਸ਼ਨਾਂ ਲੈਣ ਡਈ ਆ ਅਤੇ ਜਾਣਾ ਤੂੰ ਕਦੋਂ ਆ ਜਾ ਰੋਟੀ ਵੀ ਛੱਡ ਰੋਟੀ ਮੈਂ ਮੰਮੀ ਉਹਨਾਂ ਨੂੰ ਕਹਿੰਦਾ ਵਾ ਅਤੇ ਤੂੰ ਜਾ ਤੂੰ ਮੇਰੇ ਨਾਲ ਹੀ ਚੱਲ ਤੈਨੂੰ ਮੈਂ ਉੱਥੇ ਡਰੋਪ ਕਰ ਦਿੰਦਾ ਠੀਕ ਹੈ ਸ਼ਾਮੀ ਮੈਂ ਵੀ ਆ ਜੂੰਗਾ ਉੱਥੇ ਮੰਮੀ ਤੇ ਦਾਦੀ ਘਰੇ ਨਹੀਂ ਹੈਗੇ ਕੋਈ ਨਹੀਂ ਉਹਨਾਂ ਨੂੰ ਫਿਰ ਫੋਨ ਕਰਦੇ ਆ ਤੇ ਚੱਲ ਨਿਕਲੀਏ ਫਿਰ ਆਪਾਂ ਚੱਲ ਚੱਲੀਏ ਚਲੋ ਠੀਕ ਆ ਹੋਰ ਬਾਣੀ ਠੀਕ ਹੈ ਨਾ ਤੂੰ ਬੇਟਾ ਹਾਂਜੀ ਆਂਟੀ ਜੀ ਤੁਸੀਂ ਠੀਕ ਹੋ ਹਾਂ ਮੈਂ ਠੀਕ ਆ ਉਸ ਦਿਨ ਵੇਲਾ ਗੋਲਡੀ ਕਿਰਨ ਆਏ ਨਾਲ ਉਹਨਾਂ ਦੇ ਮੰਮਾ ਸੀ ਅਤੇ ਤੁਹਾਨੂੰ ਮੈਂ ਵੇਟ ਕਰਦੀ ਰਹੀ ਕਿ ਆ ਜਾ ਬਾਣੀ ਆ ਜਾ ਬਸ ਤੂੰ ਕਹਿੰਦੀ ਮੈਂ 5 ਮਿੰਟਾਂ ਤੱਕ ਆਨੀ ਤੂੰ ਦੁਬਾਰਾ ਆਈ ਨਹੀਂ ਅਤੇ ਮੈਨੂੰ ਲੱਗਾ ਕਾਫੀ ਟਾਈਮ ਬੈਠਣਗੇ ਮੈਂ ਕੰਮ ਕਰ ਰਹੀ ਸੀ ਘਰ ਅਤੇ ਮੈਂ ਕਿਹਾ ਫ੍ਰੀ ਹੋ ਕੇ ਜਾਂਦੀ ਹਾਂ ਥੋੜ੍ਹਾ ਬੈਠ ਕੇ ਆਊਂਗੀ ਮਿਲ ਕੇ ਆਊਂਗੀ ਕਿਰਨ ਨੂੰ ਨਹੀਂ ਉਹ ਦੱਸ ਰਹੇ ਸੀ ਸ਼ਾਇਦ ਕਿਸੇ ਨੇ ਖਾਣੇ ਦੇ ਇਨਵਾਈਟ ਕੀਤਾ ਸੀ ਉਹਨਾਂ ਨੂੰ ਅਤੇ ਉਹਨਾਂ ਨੇ ਉੱਧਰ ਜਾਣਾ ਸੀ ਉਹ ਕਹਿੰਦੇ ਬਸ ਆਪਾਂ ਫੇਰਾ ਪਾਉਣਾ ਸੀ ਸ਼ਗਨ ਕਰਨਾ ਸੀ ਬਾਕੀ ਬਾਣੀ ਤੇਰਾ ਬਹੁਤ ਬਹੁਤ ਥੈਂਕਸ ਬੇਟਾ ਲੋ ਆਂਟੀ ਜੀ ਥੈਂਕ ਯੂ ਵਾਲੀ ਕਿਹੜੀ ਗੱਲ ਕਿਰਨ ਮੇਰੇ ਵਰਗੀ ਹੈਗੀ ਆ ਜਿਵੇਂ ਦੀ ਮੈਂ ਉਵੇਂ ਦੀ ਕਿਰਨ ਹਾਂ ਭੈਣਾਂ ਵਰਗੀ ਮੇਰੀ ਇੰਨਾ ਵਧੀਆ ਪਰਿਵਾਰ ਹੈ ਨਾ ਮੈਂ ਜਦੋਂ ਹੀ ਫੋਨ 'ਤੇ ਉਹਦੇ ਨਾਲ ਗੱਲ ਕਰਦੀ ਨਾ ਕਹਿੰਦੀ ਮੰਮੀ ਸਾਰੇ ਜਣੇ ਇੰਨੇ ਜ਼ਿਆਦਾ ਚੰਗੇ ਆ ਨਾ ਇੰਨੇ ਜ਼ਿਆਦਾ ਚੰਗੇ ਆ ਮੇਰਾ ਧਿਆਨ ਬਹੁਤ ਰੱਖਦੇ ਔਰ ਸਾਰਿਆਂ ਨਾਲ ਵਧੀਆ ਗੱਲ ਇਹ ਆ ਕਿ ਗੋਲਡੀ ਦਾ ਸੁਭਾਅ ਬਹੁਤ ਵਧੀਆ ਹੈਗਾ ਹਾਂਜੀ ਕਿਰਨ ਨਾਲ ਮੇਰੀ ਵੀ ਗੱਲ ਹੋਈ ਸੀ ਕਹਿ ਰਹੀ ਸੀ ਕਿ ਬੜੇ ਵਧੀਆ ਪਰਿਵਾਰ ਹੈ ਅਤੇ ਮੈਨੂੰ ਵੀ ਥੈਂਕ ਯੂ ਕਰਦੀ ਪਈ ਸੀ ਵੀ ਤੁਸੀਂ ਬੜਾ ਵਧੀਆ ਮੈਂ ਕਿਹਾ ਚਲੋ ਕੋ ਫਿਰ ਕੀ ਮੇਰੇ ਖਿਆਲ ਨਾਲ ਉਹਦੀ ਸੱਸ ਕਹਿ ਰਹੀ ਸੀ ਕਿ ਤੂੰ ਐਡਮਿਸ਼ਨ ਸੈਂਟਰ ਇੱਥੇ ਖੋਲ੍ਹ ਲਾ
ਤੇਰਾ ਜੇ ਨਹੀਂ ਮਨ ਕਰਦਾ ਤੇ ਮੈਂ ਕਿਹਾ ਵੇਖ ਲੈ ਬੇਟਾ ਜੇ ਕਹਿੰਦੇ ਤੇ ਖੋਲ ਲਾ ਦੋ ਤੇ ਹੋਰ ਬਹੁਤ ਵਧੀਆ ਦਿਲ ਲੱਗਾ ਰਹੇਗਾ ਨਾਲੇ ਬੱਚਿਆਂ ਦਿਲ ਲੱਗਾ ਰਹੂਗਾ ਹਾਂ ਸਚੇਤ ਆ ਗਿਆ ਅਜੋ ਆ ਰਹੀ ਆ ਅੱਛਾ ਹਾਂ ਚਲੋ ਫਿਰ ਮੈਂ ਮਿਲ ਕੇ ਹੀ ਜਾਵਾਂਗੀ ਹਾਂ ਤੂੰ ਮਿਲ ਕੇ ਹੀ ਜਾਵੀਂ ਬੇਟਾ ਹਾਂਜੀ ਮੰਮੀ 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 ਲੈ ਕਿਰਨ ਆ ਗਈ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਠੀਕ ਹੈ ਪੁੱਤ ਹਾਂਜੀ ਵਧੀਆ ਮੰਮੀ ਤੁਸੀਂ ਸੁਣਾਓ ਤੁਸੀਂ ਠੀਕ ਜੇ ਹਾਂ ਮੈਂ ਠੀਕ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਹਾਂਜੀ ਵਧੀਆ ਤੁਸੀਂ ਮੈਨੂੰ ਪਤਾ ਸੀ ਮੈਂ ਹੂੰ ਨਾ ਆਵਾਂ ਤੁਸੀਂ ਮੰਮੀ ਦੇ ਟੇਕ ਕੇਅਰ ਜ਼ਰੂਰ ਕਰਨ ਆਓਗੇ ਹਾਂ ਜ਼ਰੂਰ ਕਿਉਂ ਨਹੀਂ ਮੇਰਾ ਫਰਜ਼ ਬਣਦਾ ਮੈਂ ਧਿਆਨ ਰੱਖਦੀ ਹੈਗੀ ਆ ਅੱਛਾ ਰੋਟੀ ਪਾਣੀ ਸਭ ਮੈਨੂੰ ਕੁਝ ਬਣਾਉਣ ਨਹੀਂ ਦਿੰਦੀ ਪਹਿਲਾਂ ਹੀ ਬਣਾ ਕੇ ਲੈ ਆਉਂਦੀ ਹੈ ਲੋ ਵੇਖਿਆ ਕਿੰਨਾ ਫਾਇਦਾ ਵਾ ਹਨਾ ਫਰੈਂਡ ਜ਼ੋਨ ਦਾ ਤੇ ਨਾਲੇ ਸ਼ੁਰੂ ਤੋਂ ਤੇ ਸਾਡੇ ਨਾਲ ਰਹਿੰਦੇ ਆਏ ਆ ਤੇ ਤੁਸੀਂ ਹੁਣ ਠੀਕ ਜੇ ਨਾ ਹਾਂ ਬਸ ਥੋੜ੍ਹਾ ਜਿਹਾ ਆ ਉਹ ਤੈਨੂੰ ਪਤਾ ਵਿਆਹ ਤਾਂ ਭਾਵੇਂ ਚੁੰਨੀ ਜਿਹੜਾ ਪਾਈ ਸੀ ਪਰ ਫਿਰ ਵੀ ਭੱਜ ਨੱਠ ਤਾਂ ਹੁੰਦੀ ਹੈ ਨਾ ਘਰ 'ਚ 100 ਭੈਣ ਭਰਾ ਆ ਉਹ ਕੰਮ ਪਿਆ ਥੋੜ੍ਹਾ ਜਿਹਾ ਅਤੇ ਉਹਦੇ ਕਰਕੇ ਥੋੜ੍ਹੇ ਜਿਹੇ ਮੋਢੇ ਦਰਦ ਕਰਨ ਲੱਗ ਪਏ ਬਾਕੀ ਕਿਰਨ ਤੁਸੀਂ ਸੁਣਾਓ ਮੈਂ ਬਹੁਤ ਵਧੀਆ ਮੰਮੀ ਨੂੰ ਨਾ ਨਾਲੇ ਟੈਨਸ਼ਨ ਹੋ ਗਈ ਹੋਣੀ ਇਕੱਲੇ ਰਹਿੰਦੇ ਨਾ ਹੁਣ ਘਰ ਦੇ ਵਿੱਚ ਮੇਰੀ ਯਾਦ ਆਉਂਦੀ ਹੋਣੀ ਮੰਮੀ ਨੂੰ ਬਾਕੀ ਤੁਸੀਂ ਆਂਟੀ ਦੀ ਫਿਕਰ ਨਾ ਕਰੋ ਮੈਂ ਹੈਗੀ ਹਾਂ ਨਾ ਇੱਥੇ ਹਾਂਜੀ ਹਾਂਜੀ ਤੁਹਾਡੇ ਹੁੰਦੇ ਹੋਏ ਮੈਨੂੰ ਕੋਈ ਫਿਕਰ ਨਹੀਂ ਹੈਗੀ ਅਤੇ ਮੰਮੀ ਜਦੋਂ ਮੈਨੂੰ ਪਤਾ ਲੱਗਾ ਨਾ ਤੁਸੀਂ ਠੀਕ ਨਹੀਂ ਜੇ ਮੈਂ ਤਾਂ ਉਸ ਦਿਨ ਹੀ ਆ ਜਾਣਾ ਸੀ ਪਰ ਫਿਰ ਤੁਸੀਂ ਕਹਿ ਤਾ ਨਹੀਂ ਨਹੀਂ ਪੁੱਛ ਕੇ ਆਈ ਆਹ ਕਰਕੇ ਆਈ ਫਿਰ ਮੈਨੂੰ ਰੁਕਣਾ ਪਿਆ ਤਾਂ ਕਰਕੇ ਮੈਨੂੰ ਦੇਰ ਹੋ ਗਈ ਵੇਖ ਬਾਣੀ ਮੈਨੂੰ ਕਹਿਣ ਡਈ ਸੀ ਕਿ ਮੰਮੀ ਤੁਸੀਂ ਠੀਕ ਨਹੀਂ ਮੈਂ ਬਸ ਹੁਣੇ ਆ ਗਈ ਮੈਂ ਕਿਹਾ ਨਾ ਪੁੱਤ ਹੁਣ ਬੜਾ ਫਰਕ ਹੈ ਜਦੋਂ ਧੀਆਂ ਵਿਆਹ ਜਾਂਦੀਆਂ ਨਾ ਇੱਕ ਜ਼ਿੰਮੇਵਾਰੀ ਹੋ ਜਾਂਦੀ ਆ ਆਪਣੇ ਪਰਿਵਾਰ ਕੋਲ ਪੁੱਛ ਕੇ ਆਉਣਾ ਪੈਂਦਾ ਇਤਨਾ ਤੇ ਫੜੀ ਐਕਟਿਵਾ ਦੀ ਚਾਬੀ 'ਤੇ ਆ ਗਏ ਆਪਾਂ ਚੱਲ ਤੁਸੀਂ ਦੋਵੇਂ ਸਹੇਲੀਆਂ ਬਹਿ ਕੇ ਗੱਲਾਂ ਕਰੋ ਮੈਂ ਆਈ ਹੁਣੇ ਹੋਰ ਬਾਣੀ ਠੀਕ ਤੁਸੀਂ ਹਾਂਜੀ ਵਧੀਆ ਤੁਹਾਡਾ ਦਿਲ ਲੱਗ ਗਿਆ ਉੱਥੇ ਹਾਂਜੀ ਹੁਣ ਲਾਉਣਾ ਤਾਂ ਪੈਣਾ ਹੀ ਆ ਥੋੜ੍ਹਾ ਥੋੜ੍ਹਾ ਲੱਗਣ ਦਿਆ ਵਾ ਅਤੇ ਤੁਹਾਨੂੰ ਪਤਾ ਤਾਂ ਹੈਗਾ ਕੁੜੀਆਂ ਨੂੰ ਥੋੜ੍ਹਾ ਜਿਹਾ ਐਡਜਸਟ ਕਰਨ 'ਚ ਟਾਈਮ ਤਾਂ ਲੱਗਦਾ ਹੀ ਆ ਇੱਕਦਮ ਤਾਂ ਜਾ ਕੇ ਦਿਲ ਨਹੀਂ ਲੱਗਦਾ ਕਿਉਂਕਿ ਆਪਾਂ ਆਪਣਾ ਘਰ ਛੱਡ ਕੇ ਅਤੇ ਕਿਸੇ ਦੇ ਘਰ ਜਾਈਦਾ ਵਾ ਸਾਰੇ ਨਵੇਂ ਰਿਸ਼ਤੇ ਸਾਰਾ ਕੁਛ ਨਵਾਂ ਉੱਥੇ ਇੱਥੋਂ ਦੇ ਤੌਰ ਤਰੀਕੇ ਹੋਰ ਅਤੇ ਉੱਥੋਂ ਦੇ ਤੌਰ ਤਰੀਕੇ ਹੋਰ ਅਤੇ ਸਮਾਂ ਤਾਂ ਲੱਗਦਾ ਹੀ ਆ ਅਤੇ ਨਾਲੇ ਹੁਣ ਤਾਂ ਮੈਂ ਕੁਕਿੰਗ ਵੀ ਕਰਨ ਲੱਗ ਪਈ ਹਾਂ ਚਲੋ ਬਹੁਤ ਵਧੀਆ ਅਤੇ ਹੋਰ ਸਾਰੇ ਦਾ ਸੁਭਾਅ ਵਧੀਆ ਲੱਗਾ ਗੋਲਡੀ ਵੀਰੇ ਦਾ ਸੁਭਾਅ ਵਧੀਆ ਹਾਂਜੀ ਇਹਨਾਂ ਦਾ ਸੁਭਾਅ ਤਾਂ ਬਹੁਤ ਜ਼ਿਆਦਾ ਵਧੀਆ ਹੈਗਾ ਵਾ ਅਤੇ ਬਾਕੀਆਂ ਦਾ ਸੁਭਾਅ ਵੀ ਵਧੀਆ ਅਤੇ ਛੋਟੀ ਮੰਮੀ ਆ ਨਾ ਜਿਹੜੇ ਚਾਚੀ ਜੀ ਉਹਨਾਂ ਦਾ ਸੁਭਾਅ ਤਾਂ ਸਭ ਤੋਂ ਜ਼ਿਆਦਾ ਵਧੀਆ ਲੱਗਾ ਮੈਨੂੰ ਮੰਮੀ ਦਾ ਫੋਨ ਆਉਂਦੇ ਆ ਮੰਮੀ ਮੰਮੀ ਹਾਂ ਕਿਰਨ ਆਹ ਵੇਖੋ ਆਹ ਸਾਹਿਲ ਵੀਰੇ ਦਾ ਫੋਨ ਆਉਂਦੇ ਆ ਜੇ ਤੁਹਾਡੇ ਭਰਾ ਦਾ ਅਲਫੜੋ ਕਿਰਨ ਇੱਕ ਗੱਲ ਦੱਸੋ ਅਜੇ 12-13 ਦਿਨ ਹੋਏ ਤੁਹਾਨੂੰ ਵਿਆਹ ਕੇ ਗਿਆ ਨੂੰ ਅਤੇ ਉਹਨਾਂ ਨੇ ਤੁਹਾਨੂੰ ਚੌਂਕੇ ਵੀ ਚੜ੍ਹਾ ਦਿੱਤਾ ਨਹੀਂ ਤਾਂ ਲੋਕ ਕੀ ਕਰਦੇ 2-2 ਮਹੀਨੇ ਤਾਂ ਚਾਹ ਹੀ ਨਹੀਂ ਲੱਥਦਾ ਉਹਨਾਂ ਦੇ ਅਤੇ ਚੌਂਕੇ ਚੜ੍ਹਾਉਂਦੇ ਨਹੀਂ ਆ ਤੁਹਾਨੂੰ ਇੰਨੀ ਜਲਦੀ ਚੜ੍ਹਾ ਤਾ ਨਹੀਂ ਨਹੀਂ ਗੱਲ ਪਤਾ ਕੀ ਆ ਮੇਰਾ ਹੀ ਦਿਲ ਨਹੀਂ ਲੱਗਦਾ ਸੀਗਾ ਮੈਂ ਵਿਹਲੀ ਬੈਠੀ ਬੋਰ ਹੋ ਜਾਂਦੀ ਸੀ ਅਤੇ ਮੈਂ ਹੀ ਉਹਨਾਂ ਨੂੰ ਕਿਹਾ ਕਿ ਮੈਂ ਇਕੱਲੇ ਬਹਿ ਕੇ ਕਰਨਾ ਕੀ ਆ ਤਾਂ ਕਰਕੇ ਉਹਨਾਂ ਨੇ ਫਿਰ ਮੈਨੂੰ ਚੜ੍ਹਾ ਦਿੱਤਾ ਨਹੀਂ ਤਾਂ ਉਹ ਕਹਿੰਦੇ ਸੀਗੇ ਨਾ ਧੀਏ ਤੂੰ ਬਹਿ ਜਾ ਬਹਿ ਜਾ ਹਜੇ ਅਤੇ 10-12 ਦਿਨ ਨਹੀਂ ਹੋਏ ਆ ਅਤੇ ਇੰਨੀ ਛੇਤੀ ਥੋੜ੍ਹਾ ਤੈਨੂੰ ਆਪਾਂ ਚੌਂਕੇ ਨਾਲੇ ਇੱਕ ਗੱਲ ਹੋਰ ਦੱਸੋ ਜਿਹੜੇ ਨਾਨੀ ਆ ਉਹ ਪਰਮਾਨੈਂਟ ਹੀ ਉੱਥੇ ਰਹਿੰਦੇ ਆ ਮੈਂ ਐਕਚੁਲੀ 2-3 ਵਾਰੀ ਚਾਚੀ ਜੀ ਨਾਲ ਗੱਲ ਹੋਈ ਹੈ ਅਤੇ ਉਹ ਕਹਿੰਦੇ ਹੁੰਦੇ ਨਾਨੀ ਜੀ ਨੂੰ ਮੈਂ ਆਹ ਦੇਣ ਲੱਗੀ ਹਾਂ ਨਾਨੀ ਜੀ ਨੂੰ ਆਹ ਬਣਾ ਕੇ ਦੇਣ ਲੱਗੀ ਹਾਂ ਨਾਨੀ ਜੀ ਆਹ ਕਹਿ ਰਹੇ ਆ ਉੱਥੇ ਰਹਿੰਦੇ ਆ ਨਹੀਂ ਨਹੀਂ ਨਾਨੀ ਇੱਥੇ ਨਹੀਂ ਰਹਿੰਦੇ ਉਹ ਤੁਹਾਨੂੰ ਪਤਾ ਵਿਆਹ ਕਰਕੇ ਨਾ ਤਾਂ ਕਰਕੇ ਰੁਕੇ ਸੀਗੇ ਅਤੇ ਥੋੜ੍ਹੇ ਦਿਨ ਤੱਕ ਉਹਨਾਂ ਨੇ ਵੀ ਚਲ ਜਾਣਾ ਵਾ ਉਹਨਾਂ ਦੇ ਵੀ ਘਰੋਂ ਫੋਨ ਆਉਂਦੇ ਸੀਗੇ ਅਤੇ ਇਸ ਕਰਕੇ ਉਹਨਾਂ ਨੇ ਚਲ ਜਾਣਾ ਉਹ ਹਮੇਸ਼ਾ ਲਈ ਨਹੀਂ ਇੱਥੇ ਰਹਿੰਦੇ ਅੱਛਾ ਹਾਂਜੀ ਅਤੇ ਮੰਮੀ ਆਏ ਨਹੀਂ ਹਜੇ ਤੱਕ ਹਾਂ ਆਉਂਦੇ ਹੁਣ ਮੈਂ ਵੇਖ ਕੇ ਆਉਂਦੀ ਹਾਂ ਦੀਦੀ ਹਾਂਜੀ ਸੱਚ ਨਾ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਆਹ ਜਿਹੜੀ ਚੁੰਨੀ ਚੜਾਵੇ ਦੀ ਗੱਲ ਸੀ ਇਹ ਤੁਸੀਂ ਉਹਨਾਂ ਨੂੰ ਕਹੀ ਸੀ ਕਿ ਉਹਨਾਂ ਨੇ ਕਹੀ ਸੀ ਉਹ ਨਹੀਂ ਤੁਹਾਡੇ ਸਾਹਮਣੇ ਤਾਂ ਸਾਰੀ ਗੱਲ ਹੋਈ ਸੀ ਕੀ ਹੋ ਗਿਆ ਭੁੱਲ ਗਏ ਹੋ ਨਹੀਂ ਮੈਂ ਕਿਹਾ ਸ਼ਾਇਦ ਤੁਸੀਂ ਕਿਹਾ ਹੋਵੇ ਨਹੀਂ ਨਹੀਂ ਉਹਨਾਂ ਨੇ ਹੀ ਪਹਿਲਾਂ ਗੱਲ ਕੀਤੀ ਸੀਗੀ ਅੱਛਾ ਨਹੀਂ ਨਹੀਂ ਮੈਂ ਕਿਹਾ ਤੁਹਾਨੂੰ ਤਾਂ ਪਤਾ ਹੀ ਆ ਮੰਮੀ ਨੇ ਤਾਂ ਉਸ ਤਰ੍ਹਾਂ ਵਿਆਹ ਕਿੰਨਾ ਧੂਮਧਾਮ ਨਾਲ ਕਰਨਾ ਸੀਗਾ ਉਹਨਾਂ ਦੀ ਤਾਂ ਰੀਝ ਸੀ
ਉਹ ਤੇ ਤੁਸੀਂ ਦੱਸਿਆ ਕਿ ਛੋਟੀ ਮੰਮਾ ਕਹਿੰਦੇ ਸੀਗੇ ਕਿ ਨਹੀਂ ਆਪਾਂ ਬਿਲਕੁਲ ਸਿੰਪਲ ਹੀ ਵਿਆਹ ਕਰਨਾ। ਹਾਂਜੀ ਉਹਨਾਂ ਨੇ ਕਿਹਾ ਸੀ, ਚਾਚੀ ਜੀ ਨੇ ਕਿਹਾ ਸੀ ਨਾ ਚੁੰਨੀ ਚੜਾਵੇ ਦਾ, ਆਪਣੇ ਵੱਲੋਂ ਕੋਈ ਗੱਲ ਨਹੀਂ ਹੋਈ। ਕਿਉਂ, ਕੋਈ ਗੱਲ ਹੋਈ ਉੱਥੇ? ਨਹੀਂ 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 ਗੱਲ ਨਹੀਂ ਹੋਈ, ਉਹ ਮੈਂ ਤਾਂ ਵੈਸੇ ਹੀ ਪੁੱਛਿਆ ਸੀਗਾ, ਮੈਂ ਵੇਖਿਆ ਵਾ ਮੰਮੀ ਨੂੰ ਹੁਣ। ਹਾਂਜੀ ਚਲੋ ਠੀਕ ਆ। ਕਿਰਨ ਨੇ ਮੇਰੇ ਤੋਂ ਇੱਦਾਂ ਗੱਲ ਕਿਉਂ ਪੁੱਛੀ? ਕਿਤੇ ਉਹਨਾਂ ਦੇ ਪਰਿਵਾਰ 'ਚੋਂ? ਨਹੀਂ 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 ਵੈਸੇ ਉਹਨਾਂ ਦੇ ਪਰਿਵਾਰ ਦੇ ਤਾਂ ਬਹੁਤ ਚੰਗੇ ਨੇ ਸਾਰੇ, ਇੱਦਾਂ ਦੀ ਗੱਲ ਤਾਂ ਨਹੀਂ ਕਰ ਸਕਦੇ। ਕਿਰਨ ਕੀ ਹੋਇਆ, ਬਾਣੀ ਚਲੀ ਗਈ ਹੈ? ਚੁੱਪ ਕੇ ਬੈਠੀ ਹਾਂ, ਮੈਨੂੰ ਮਿਲ ਕੇ ਵੀ ਨਹੀਂ ਗਈ ਬਾਣੀ, ਮੈਂ ਚਾਹ ਬਣਾਉਣ ਡਈ ਸੀ। ਕੀ ਗੱਲ, ਠੀਕ ਤਾਂ ਹੈਗੇ ਸਾਰੇ? ਤੇਰੇ ਸਹੁਰਿਆਂ ਨੇ ਤੈਨੂੰ ਕੋਈ ਗਲਤ ਨਹੀਂ ਗਈ? ਨਹੀਂ ਨਹੀਂ ਮੰਮੀ। ਅਤੇ ਫਿਰ ਮੈਨੂੰ ਕਿਸੇ ਨੇ ਕੀ ਕਹਿਣਾ, ਸਾਰੇ ਤਾਂ ਬਹੁਤ ਵਧੀਆ ਵਾ, ਮੇਰਾ ਬੜਾ ਧਿਆਨ ਰੱਖਦੇ ਆ। ਸਾਰੇ ਤਾਂ ਬਹੁਤ ਵਧੀਆ ਹੈ, ਪਰ ਮੈਨੂੰ ਤੂੰ ਵਧੀਆ ਨਹੀਂ ਲੱਗਣ ਡਈ। ਨਹੀਂ ਨਹੀਂ ਤੁਹਾਨੂੰ ਨਾ ਵਹਿਮ ਹੋ ਗਿਆ, ਮੈਂ ਨਾ ਦੇਰ ਬਾਅਦ ਆਈ ਨਾ, ਅਤੇ ਤਾਂ ਕਰਕੇ ਮੈਂ ਵੇਖ ਕੇ ਥੋੜ੍ਹਾ ਇਮੋਸ਼ਨਲ ਹੋ ਗਈ ਕਿ ਪੇਕੇ ਆਪਾਂ ਕਿਸ ਤਰ੍ਹਾਂ ਰਹਿੰਦੇ ਹਾਂ, ਬਿਲਕੁਲ ਇੱਕ ਨਾ ਆਜ਼ਾਦ ਪਰਿੰਦੇ ਦੀ ਤਰ੍ਹਾਂ। ਅਤੇ ਸਹੁਰੇ ਜਾ ਕੇ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਕੁੜੀਆਂ ਦਾ, ਪੇਕੇ ਆਪਾਂ ਆਪਣੀ ਮਰਜ਼ੀ ਕਰਦੇ ਹਾਂ ਅਤੇ ਸਹੁਰੇ ਇਹ ਸਭ ਕੁਛ ਆਪਾਂ ਨਹੀਂ ਕਰ ਸਕਦੇ ਕਿਉਂਕਿ ਉੱਥੇ ਸਾਡੀਆਂ ਬਾਉਂਡਰੀਜ਼ ਹੁੰਦੀਆਂ। ਅਤੇ ਜਿੰਨੀ ਮੈਂ ਚੰਚਲ ਇੱਥੇ ਸੀ ਪਰ ਉੱਥੇ ਉੱਨੀ ਮੈਂ ਬਣ ਨਹੀਂ ਪਾਉਂਦੀ। ਇਹ ਤਾਂ ਤੇਰੀ ਗੱਲ ਸਹੀ ਹੈ ਧੀਏ, ਵਾਕਈ ਕੁੜੀਆਂ ਚਿੜੀਆਂ ਹੁੰਦੀਆਂ ਨੇ, ਆਪਣੇ ਘਰ ਉੱਡਦੀਆਂ ਫਿਰਦੀਆਂ ਨੇ। ਕੋਈ ਕਰਮਾਂ ਵਾਲਾ ਘਰ ਹੋਊਗਾ ਜਿੱਥੇ ਚਿੜੀਆਂ ਉੱਡਦੀਆਂ ਨੇ, ਨਹੀਂ ਤਾਂ ਬਸ ਚਿੜੀਆਂ ਤਾਂ ਪਿੰਜਰੇ 'ਚ ਕੈਦ ਹੋ ਜਾਂਦੀਆਂ ਨੇ। ਇੱਥੇ ਉੱਠਣਾ ਆਪਣੀ ਮਰਜ਼ੀ ਨਾਲ, ਸੌਣਾ ਆਪਣੀ ਮਰਜ਼ੀ ਨਾਲ, ਜਦੋਂ ਦਿਲ ਕੀਤਾ ਮਾਂ ਨੂੰ ਆਵਾਜ਼ ਦਿੱਤੀ, ਮੰਮੀ ਮੇਰੀ ਚਾਹ ਲੈ ਆ, ਠੰਡੀ ਕਰਕੇ ਲੈ ਕੇ ਆਵੀਂ, ਮੰਮੀ ਮੇਰੀ ਰੋਟੀ ਦਾ ਟਾਈਮ ਹੋ ਗਿਆ, ਮੈਂ ਨਹੀਂ ਆ ਸਬਜ਼ੀ ਖਾਣੀ, ਮੈਂ ਆਹ ਖਾਣੀ ਆ। ਪਰ ਪੁੱਤਰ ਸਹੁਰੇ ਜਾ ਕੇ ਤਾਂ ਧੀਆਂ ਨੂੰ ਬਲਿਦਾਨ ਹੀ ਦੇਣਾ ਪੈਂਦਾ ਹੀ, ਜੋ ਉਹਨਾਂ ਨੇ ਖਾਣਾ ਉਹਨਾਂ ਮੁਤਾਬਿਕ ਸਾਨੂੰ ਢਲਣਾ ਪੈਂਦਾ ਪੁੱਤ। ਅਤੇ ਜਿਹੜੀਆਂ ਧੀਆਂ ਟਲ ਜਾਂਦੀਆਂ ਉਹ ਸਹੁਰੇ ਵੀ ਉਹਨੂੰ ਵਧੀਆ ਕਹਿੰਦੇ ਨੇ, ਨਹੀਂ ਤਾਂ ਪੁੱਤ ਆ ਨਿੱਤ ਦਾ ਕਲੇਸ਼ ਹੁੰਦਾ ਹੈ। ਆ ਕਹਿ ਰਹਿੰਦੇ ਨੇ ਆ ਕੁੜੀ 'ਚ ਆਕੜ ਬੜੀ ਆ, ਆ ਪੇਕੇ ਭਾਵੇਂ ਆਹ ਚੀਜ਼ ਖਾਧੀ ਹੋਵੇ ਭਾਵੇਂ ਨਾ ਖਾਧੀ ਹੋਵੇ ਇੱਥੇ ਆ ਕੇ ਕਿਤਰਾਂ ਦੇ ਰੋਹ ਪਾਉਂਦੀ ਹੈ। ਪਰ ਮੇਰੀ ਗੱਲ ਸੁਣ, ਇੰਨਾ ਮੈਨੂੰ ਪਤਾ ਤੇਰੇ ਪਰਿਵਾਰ ਨੂੰ ਵੇਖ ਕੇ, ਤੇਰਾ ਪਰਿਵਾਰ ਬਹੁਤ ਵਧੀਆ, ਉਹਨੇ ਤੈਨੂੰ ਤਾਣੇ ਮੈਨੂੰ ਦਿੰਦਾ ਹੋਊਗਾ। ਮੈਨੂੰ ਜਿਸ ਤਰ੍ਹਾਂ ਦਾ ਤੇਰੀ ਸੱਸ ਦਾ ਸੁਭਾਅ ਲੱਗਦਾ ਨਾ, ਉਹ ਇਹੋ ਹੀ ਉੱਦਣ ਮੈਨੂੰ ਕਹਿਣ ਡੀ ਸੀ, ਮੈਂ ਤਾਂ ਭੈਣ ਜੀ ਇਹਨੂੰ ਆਪਣੀ ਧੀ ਬਣਾ ਕੇ ਲੈ ਕੇ ਜਾਣਾ। ਮੈਂ ਤਾਂ ਸ਼ੁਕਰ ਕਰਦੀ ਹਾਂ ਕਿ ਰੱਬ ਨੇ ਮੇਰੀ ਝੋਲੀ 'ਚ ਧੀ ਪਾਈ ਆ, ਤੁਸੀਂ ਵੇਖਿਓ ਤੁਸੀਂ ਮੈਨੂੰ ਕਿੰਨੇ ਵਧੀਆ ਢੰਗ ਨਾਲ ਰੱਖਦੀ ਹਾਂ। ਪੁੱਤਰ ਤੂੰ ਵੀ ਕਰਮਾਂ ਵਾਲੀ ਅਤੇ ਮੈਂ ਵੀ ਕਰਮਾਂ ਵਾਲੀ, ਜਿਹਨੂੰ ਇਹੋ ਜਿਹੇ ਕੁੜਮ ਮਿਲੇ ਆ, ਹੈ ਨਾ, ਤੈਨੂੰ ਖੁਸ਼ ਰੱਖਦੇ ਆ ਨਾ। ਹਾਂਜੀ ਮੰਮੀ। ਲੈ ਤੂੰ ਬਹਿ, ਆ ਲੈ ਤੇਰੇ ਨਾਲ ਗੱਲਾਂ ਵਿੱਚ ਕਰਦੇ ਮੇਰੀ ਚਾਹ ਉਬਲ ਗਈ, ਵੇਖ ਕੇ ਆਈ ਮੈਂ। ਮੰਮੀ ਤੁਹਾਨੂੰ ਮੈਂ ਕੀ ਦੱਸਾਂ ਅਤੇ ਕੀ ਨਾ ਦੱਸਾਂ, ਜੇ ਮੈਂ ਤੁਹਾਨੂੰ ਸਾਰਾ ਕੁਛ ਦੱਸਦਾ ਨਾ
तो तुम बहुत ही ज़्यादा दुखी हो जाना। तो मैं नहीं चाहती कि तुम दुखी होवो। मैं चाहनी हाँ उतों की गल उ रह जाए तो इतों की गल इतें तो जितों तक तुम गल कर तानिया की अज तो सवेरे उठते ही ताने मिले। इतों तक कह दिता गया कि वह लुधियाने वाली कुड़ी जड़ी आदना क्यों नहीं विह कराया। यह कुड़ी चंगी नहीं है, पैसों पिछे लड़ाई, इन्नी जैलसी कि चाची दे नाल क्यों रही है। मैं तो कभी किसी से वितकरा नहीं किया पर उत्थे सारे वितकरा करते। बस इन्हों कुछ नहीं पता तो ना ही मैं इन्हों कुछ दसना चाहनी। मैं नहीं चाहती कि मेरे करके ये अपने परिवार के नाल लड़न। कोई गल नहीं, अज नहीं तो कल ये जरूर समझणगे मैं। कोई गल नहीं मम्मी। किरण आ जा ड्राइंग रूम से चाह पी ला। आ जा आ जा। हाँ जी मम्मी आ गई आ गई। अलमारी सांभ ली है फिर अज किरण गई हुई हो तो अज घर दिल ही नहीं लगता पाया मेरा तो। चल मैं बाणी नूं ना फोन करके पूछा कि किरण निकल गई है। बाणी फोन नहीं चुकती पई। हेलो हेलो। हाँ बाणी। हाँ जी होर की हाल है। हाँ जी वधिया वधिया। मैं फोन करती पई काफ़ी देर तक करन डई हाँ तो फोन तू चुकया ही नहीं। बस इधर पिया सी फोन मेरे अचानक निगाह गई। अच्छा, मैं फोन वजदा पिया काम करदी पई सी। मैं चल ठीक है सब। हाँ जी हाँ जी सब। हाँ किरण आई सी इधर अज। हाँ जी आए सी। मिली तेनू? हाँ जी मिले सी। ठीक है ठीक है। कहंदी ही कुछ? नहीं कुछ कहंदे तां नहीं सी, उदा हसदी खेडदी रहंदी है। बेटा किरण निकल गई है ना? हाँ जी निकल गए हुए है। अच्छा अच्छा ते कुछ कहंदी तां नहीं किरण? नहीं वो तो तारीफ करदे पए सी कि अच्छी है सारे पर चौंके चढ़ा दिता हो कहते पे सके। मैं कुकिंग का बड़ा शौक है। ठीक है ते बाकी बाकी उन्होंने देख के बड़ा लगता पिया जिमें चुप चुप है उदा बड़ा हसते खेलते रहते हैं पर चुप चुप जे लगे मैं। नहीं 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 कोई ओहो जी गल नहीं है बाणी। आजी घर आजी तेन आपे पता। हाँ जी आऊंगी मैं आऊंगी। ठीक है ठीक है चाची जी। ओके ओके।